ਮਾਸ਼ਾਅੱਲਾ ਭੈਣ ਭਰਾ ਨੂੰ ਇੱਕੋ ਹੀ ਬਿਮਾਰੀ ਆ ਉਹ ਵੀ ਚੀਕਾਂ ਮਾਰੀ ਜਾਂਦਾ ਇਹ ਵੀ ਚੀਕਾਂ ਉਹ ਇਹਦੀ ਸੀਟ ਦੇ ਉੱਤੇ ਕੋਈ ਉਂਗਲ ਤੇ ਨਹੀਂ ਭੁੱਲ ਗਿਆ ਨਹੀਂ ਨਹੀਂ ਸਾਦਾ ਹੀ ਆਓ ਹਾਜੀ ਸਾਹਿਬ ਆ ਮੇਰਾ ਬੱਚਾ ਹਾਜੀ ਸਾਹਿਬ ਹਾਜੀ ਪੁੱਤਰ ਆਏ ਮੈਂ ਨਹੀਂ ਬੋਲੀ ਤੋਹਫੇ ਹਾਜੀ ਸਦੀਕ ਦੇ ਤੋਹਫੇ ਆ ਹਾਜੀ ਮੈਂ ਬੈਠੀ ਹੈ ਭਾਈ ਓਏ ਅੱਜ ਹਾਜੀ ਦੀਆਂ ਇੱਜ਼ਤਾਂ ਵਧਾਉਣ ਵਾਲੀਆਂ ਤੇਰੀ ਖੈਰ ਆ ਕਹਨੇ ਕੀ ਆਇਆ ਹੈ ਦੇਖ ਤੇ ਸਹੀ ਟਵਾਣੇ ਇੱਧਰ ਭੇਜ ਆ ਭੇਜ ਦਿੰਨੇ ਆ ਵੇਖ ਤੇ ਸਹੀ ਠੀਕ ਹੈ ਮੇਰਾ ਪੁੱਤਰ ਮੈਂ ਨਹੀਂ ਬੋਲਦੀ ਹਾਜੀ ਓ ਹਾਜੀ ਓ ਤੈਨੂੰ ਕਿਹਾ ਜਨਾਨੀ ਮੰਗਾ ਕੁਮਰ ਮਹਿਰਾਨ ਕੱਢੀ ਮੰਗਾ ਲਈ ਹੈ ਹੈਲੋ ਰਾਮ ਨਾਲ ਮਹਿਰਾਨ ਕੱਢੀ ਮੰਗਾ ਲਈ ਹੈ ਕੌਣ ਜਾਣਦਾ ਨਹੀਂ ਮੈਨੂੰ ਇਸੀ ਰਹਿ ਰਿਹਾ ਅੱਛਾ ਗੱਡੀ ਮਹਿਰਾਨ ਹੈ ਬੰਪਰ ਵੀਕੋ ਡਾਲਨੇ ਦੇ ਲਵਾਏ ਨੇ ਪੁੱਤਰ ਬੰਪਰ ਵਾਲੀ ਧਿਆਨ ਹੈ ਹੈਡਲਾਈਟਾਂ ਵੀ ਟਰੈਕਟਰ ਦੀਆਂ ਲੱਗੀਆਂ ਨੇ ਕਿਆ ਕਹਿ ਰਹੇ ਨੋ ਇੱਧਰ ਲਿਆ ਇੱਧਰ ਆ ਮੇਰਾ ਬੱਚਾ ਇੱਧਰ ਆ ਹਾਜੀ ਸਾਹਿਬ ਹਾਜੀ ਮੈਂ ਨਹੀਂ ਬੋਲਦੀ ਮੈਂ ਬੋਲੀ ਆਵਾਂਗਾ ਕਿਵੇਂ 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 ਮੈਂ ਬੋਲੀ ਆਵਾਂਗਾ ਬਸ ਤੂੰ ਬੋਲੀ ਜਾ ਫਦ ਉਹ ਫੜਾ ਜਾ ਤੁਹਾਡਾ ਕਾਫੀ ਅੱਲਾ ਚਾਰ ਪੈਸੇ ਇਸ ਲਈ ਦੇਵੇ ਤੇ ਤੁਹਾਡੇ ਕਬੀਲੇ ਦਾ ਚੱਕਰ ਲਾਈਏ ਅਸੀਂ ਪਾਕਿਸਤਾਨੀ ਆ ਪੈਸੇ ਨਾ ਵੀ ਬੰਨਣ ਤੇ ਨਾਲ ਬੰਦੇ ਰਲਾ ਲੈਂਦੇ ਨੇ ਇਸ ਕੰਮ ਚ ਤੇ ਹਰ ਬੰਦੇ ਨੇ ਮੇਰੇ ਨਾਲ ਰਲ ਜਾਣਾ ਚੱਲ ਤੇ ਤੂੰ ਅਸੀਂ ਤੇਰੇ ਨਾਲ ਆ ਆਹ ਚੋਰੀ ਇਸ ਕਬੀਲੇ ਦਾ ਚੱਕਰ ਲਾਉਣ ਵਾਸਤੇ ਤੈਨੂੰ ਸਮਣਾ ਬਾਦਲ ਦੀ ਆਉਣਾ ਪੈਣਾ ਉੱਥੇ ਆ ਦੋ ਗੋਲ ਚੱਕਰ ਕਰਾਸ ਕਰੇਗਾ ਜੀ ਪਿੱਛੇ ਹਟੋ ਲੱਖ ਲਾਨਤ ਕਿੱਡਾ ਤੇਰਾ ਕਰਦੇ ਨਿਕਲ ਆ ਗਏ ਅੱਲੇ ਆ ਫਿਰ ਟਿੱਕਾ ਜੀ ਨਾਲ ਨਾਲ ਤੋਰੀ ਜਾ ਉਹ ਮੈਡਮ ਉਹ ਬੀਬੀ ਇਹ ਸਾਹਮਣੇ ਤੇ ਆਈਏ ਕਿ ਤੈਨੂੰ ਗੈਸ ਹੋਈਏ ਰਕਸ਼ਾ ਕਰਾ ਲੈ ਭਾਈ ਬੜੀ ਗੱਲ ਹੈ ਕੁੜੀ ਦੇ ਉੱਤੇ ਨੋਟ ਸਿੱਟਣ ਡਾਇਓ ਦੋ ਦੋ ਮੈਨੂੰ ਕਮਰਾ ਵਿਖਾ ਤੇਰਾ ਸੋ ਬਣੇ ਇਹਦੇ ਵਾਲਾਂ ਨੂੰ ਇੰਨੀ ਅੱਗ ਲੱਗੀ ਇਹਦੇ ਜਜ਼ਬਾਤਾਂ ਦੇ ਟੌਂਸ਼ਨ ਪੱਟਣ ਵਾਲੇ ਆਉਣਗੇ ਓਏ ਅਸੀਂ ਤੈਨੂੰ ਪ੍ਰੈਸ ਨਾਲ ਖਰੀਦ ਕੇ ਲੈ ਕੇ ਜਾਣਾ ਨੇ ਅੱਛਾ ਲੈ ਬੋਲੀ ਲੈ ਜੂ ਲੱਗ ਜਾਏਗਾ ਪਤਾ ਓਏ ਬੋਲੀ ਲਾ ਸਾਡੇ ਸਾਹਮਣੇ ਹਾਂ ਜੇ ਅਸੀਂ ਵੱਡੀ ਬੋਲੀ ਦੇ ਸਕੇ ਤੇ ਅਸੀਂ ਲੈ ਜਾਵਾਂਗੇ ਬੋਲੀ ਲਾਉਣੀ ਹੈ ਇਹ ਟਵਾਣਾ ਟਵਾਣਾ ਮੈਂ ਬੈਰ ਜਾ ਟਵਾਂ ਦਾ ਮਾਲਕ ਮਲਕ ਰਿਆਜ਼ ਆਹ ਹਾ ਹੈ ਹਾਂ ਜੀ ਆ ਗਏ ਮੂੰਹ ਚ ਪਾਣੀ ਹਾਂ ਆ ਗਿਆ ਫਿਰ ਦਫਾ ਤੇ ਤੁਸੀਂ ਕੌਣ ਹੋ ਮੈਂ ਮੀਆਂ ਮਨਛਾ ਅੱਛਾ ਐਮਸੀਬੀ ਤਿੰਨ ਤਿੰਨ ਦਿਨ ਬੰਦ ਏਟੀਐਮ ਯੂਬੀਐਲ ਚ ਮਾਰੋ ਅੱਛਾ ਓਏ ਪੈਸੇ ਨਾ ਖਰੀਦਾਂਗੇ ਸੋਨੀਏ ਓਏ ਅਸੀਂ ਵੱਡਿਆਂ ਦੀ ਇੱਜ਼ਤ ਕਰਨ ਵਾਲੇ ਆ ਅੱਛਾ ਵੱਡਿਆਂ ਦੀ ਬਹੁਤ ਇੱਜ਼ਤ ਨੂੰ ਦੁੱਗਣੀ ਵੇਖੋ ਤੇ ਸਹੀ ਮਲਕ ਰਿਆਜ਼ ਸਾਨੂੰ ਨਾ ਛੇੜਿਆ ਕਰ ਤੂੰ ਵੀ ਅਸੀਂ ਪੇਂਡੂ ਹਾਂ ਅਸੀਂ ਕੂਨੀ ਮਾਰ ਕੇ ਮੱਝ ਚੋਲ ਲਈ ਤੇ ਤੇਰਾ ਮਿੰਟ ਨਹੀਂ ਲੱਗਣਾ ਹੈਲੋ ਇੱਧਰ ਦੇਖੋ ਮਲਕ ਰਿਆਜ਼ ਤੇ ਮੀਆਂ ਮਨਛਾ ਯੈਸ ਔਰਤਾਂ ਦੇ ਪੈਸੇ ਸੁੱਟਣ ਦੇ ਉਹ ਸਾਲਿਓ ਨਹੀਂ ਤੇ ਤੁਹਾਡੀਆਂ ਫੈਮਲੀਆਂ ਨਾਰੋਵਾਲ ਠੇਕੇ ਤੇ ਸੰਘਾਣੇ ਪੁੱਟਦੀਆਂ ਬੋਲੀ ਲਵਾਏ ਲੋ ਜੀ ਸਰਕਾਰ ਕਰ ਦੋ ਤੇ ਇੱਕ ਵੀ ਇੱਕ
ਕੀ ਸਾਡੇ ਤੋਂ ਆ ਕੇ ਮੰਗਣਾ ਉਹ ਕੋਈ ਹੈ ਗੱਡੀ ਵਾਲਾ ਸ਼ੋਰੂਮ ਲੈ ਕੇ ਦਿਓ ਵੀ ਇੱਥੋਂ ਵਾਲਾ ਸਭ ਤੁਸੀਂ ਲੈ ਕੇ ਦਿਓ ਮੇਰੇ ਕੋਲ ਤਾਂ ਧਾਗੇ ਵਾਲੀ ਗੱਡੀ ਹੈ ਉਹ ਗੱਡੀ ਨਹੀਂ ਹੈ ਉਹ ਕੋਈ ਗੱਡੀ ਤੈਨੂੰ ਲੈ ਦਿੰਨੀ ਹੈ ਕਿਸ਼ਤ ਦੇ ਦੇਵਾਂਗੀ ਟਾਈਮ ਨਾਲ ਹੈ ਆਹੋ ਉਹ ਨਾ ਨਾ ਹੋਵੇ ਤੂੰ ਦੋ ਦਿਨ ਚਲਾਵੇਂ ਤੀਸਰੇ ਦਿਨ ਨੱਚ ਕੇ ਕਿਸ਼ਤਾਂ ਦੇਣ ਨਹੀਂ ਆਵੇਂ ਸਰਕਾਰੀ ਬੋਲੀ ਜਿਹੜੀ ਕੋਠੇ ਦੀ ਆ ਉਹ 5 ਲੱਖ ਤੋਂ ਸ਼ੁਰੂ ਹੁੰਦੀ ਆ 5 ਲੱਖ ਰੁਪਈਆ ਬੱਚੀ ਦਾ ਲੋ ਜੀ ਅੱਗੋ ਚੋਰੀ 5 ਲੱਖ ਰੁਪਈਆ ਮੋਨੇ ਸੈ ਐਡੇ ਸੋਹਣੇ ਹੀਰੇ ਦਾ ਮੁੱਲ ਨਹੀਂ ਤੂੰ ਮਾਰਕੀਟ ਚ ਕਦੀ ਤਮਾਸ਼ਬੀਨੀ ਕੀਤੀ ਨਹੀਂ ਇਹ ਗੱਲ ਆ ਤੈਨੂੰ ਪਤਾ ਹੀ ਨਹੀਂ ਕਿ ਇਸ ਹੀਰੇ ਦਾ ਮੁੱਲ ਕੀ ਹੋਣਾ ਚਾਹੀਦਾ ਇਸ ਹੀਰੇ ਦਾ ਮੁੱਲ ਇੱਕ ਗੋਲੀ ਦੀ ਡੱਬੀ ਤੇ ਨਾਲ ਮਾਚਸ ਘਟਿਆ ਲੱਗਾ ਇਸ ਮੁੱਖੇ ਦੇ ਵਿੱਚ ਕਿੱਥੇ ਲੱਭਦੀ ਗੋਲੀ ਦੀ ਡੱਬੀ ਬਸ ਬੋਲੀ ਲਾਵਾਂਗਾ ਮੈਂ ਕੀ ਹੈ ਜੀ ਕੀ ਟਵਾਣਿਆਂ ਦੀ ਸ਼ਜ਼ਾਦਾ ਬੱਬਰ ਚੇਟ ਚੀਤਾ 5,500 ਰੁਪਈਆ ਦੇ ਨਾਲ ਇੱਕ ਸ਼ਵਾਰਮਾ50 ਲੱਖ 70 ਲੱਖ 80 ਲੱਖ ਤੇਰਾ ਮੂੰਹ ਵੇਖਣ ਦੀ ਆ ਫੜੇ ਇਹ ਕਾਦੇ ਇਹਦੇ ਹੱਥ ਵੇਖਣ ਦੇ ਕੀ ਬਾਤ ਆ ਫੜੇ ਆਹ ਇਹ ਕਾਦੇ ਇਹਦੇ ਪੈਰ ਵੇਖਣ ਦੇ ਆਹ ਰੱਖ ਇਹ ਕਾਦੇ ਜਦੋਂ ਕੁਝ ਵਹਾਏਗੀ ਤੇ ਫਿਰ ਦੱਸ ਦੇਾਂਗੇ ਪੈਰ ਵੇਖਣ ਦੇ ਹੱਥ ਵੇਖਣ ਦੇ ਹੱਥ ਵੇਖਣ ਦੇ ਆ ਰੱਖ ਕਿਉਂ ਭਾਈ ਅੱਜ ਤੈਨੂੰ ਹਾਜੀ ਉਂਗਲ ਵਹਾਉਂਦਾ ਬਾਕੀ ਵੱਡੇ ਸਹੀ ਕਹਿੰਦੇ ਨੇ ਕੀ ਕਹਿੰਦੇ ਵੱਡੇ ਜਿਹਦਾ ਮੂੰਹ ਛੋਟਾ ਹੋਵੇ ਨਾ ਉਹਦੇ ਪੈਰ ਦੀ ਤਲੀ ਵੀ ਛੋਟੀ ਹੁੰਦੀ ਹੈ ਪਹਿਲੀ ਵਾਰੀ ਬਣਾਉਣੀ ਲੋਕਾਂ ਦੀਆਂ ਸੁਹਾਗਰਾਤਾਂ ਤੇ ਅਸੀਂ ਤਾਂ ਮੁਜਰੇ ਪੇਸ਼ ਕੀਤੇ ਆ ਆਈ ਸਾਹਿਬ ਉਹ ਕੀ ਹੋ ਗਿਆ ਚਲੋ ਨਿਕਲੋ ਇੱਥੋਂ ਤੁਸੀਂ ਤਾਂ ਕੰਜਰ ਹੈ ਗਏ ਹੋ ਕੀ ਸਮਾਨ ਲੈ ਆਏ ਜ਼ਾਰਾ ਤੇ ਕੰਜਰ ਹੈ ਗਏ ਹੋ ਰੱਬ ਨੇ ਇੱਜ਼ਤ ਦਿੱਤੀ ਤੂੰ ਕੁੱਤਾ ਕੌਣ ਹੈ ਕੰਜਰ ਹੈ ਗਏ ਮਰੇ ਤੂੰ ਚੱਲ ਨਿਕਲ ਤੂੰ ਇੱਥੋਂ ਚੱਲ ਦਫਾ ਇਹ ਤਾਂ ਬੜਾ ਪਾਲਿਸ਼ ਕਰਾਇਆ ਤੁਸੀਂ ਕੰਜਰ ਫੁੱਲ ਤੇ ਟੈਟ ਜਾ ਨਿਕਲ ਇੱਥੋਂ ਚੱਲ ਨਗਦ ਵੀ ਲਾ ਚੱਲ ਪਰਾਵਾ ਫੜ 5000 ਦਾ ਨੋਟ ਨਿਕਲ ਜੂਸ ਲੈ ਕੇ ਆ ਜੂਸ ਮੇਰੇ ਵਾਸਤੇ ਜੂਸ ਲੈ ਕੇ ਪੁੱਤਰ ਕਾਹਦਾ ਪੀਣਾ ਕੇਲੇ ਦਾ ਹਾਏ ਹਾਏ ਕੇਲੇ ਦਾ ਕੇਲੇ ਦਾ ਜੂਸ ਹੁੰਦਾ ਕਿ ਹਾਜੀ ਨੂੰ ਐਵੇਂ ਭੁਲੇਖਾ ਪਾਉਣ ਦਈ ਹੁੰਦਾ ਜੀ ਹੁੰਦਾ ਮਿਲਕ ਸ਼ੇਕ ਹੁੰਦਾ ਹਾਂ ਪੁੱਤਰ ਮੈਂ ਕਿਹਾ ਸਾਡੇ ਪੈਸੇ ਦਿਓ ਪੈਸੇ ਪੈਸੇ ਕਾਹਦੇ ਹਾਜੀ ਸਦੀਕ ਮੈਂ ਕਿਹਾ ਪੁੱਤਰ ਹਾਂ ਜੀ ਇਹਨਾਂ ਦੀ ਇਧਰ ਪੇਮੈਂਟ ਤੇ ਪੂਰੀ ਹੋਵੇ ਇੱਕ ਇੱਕ ਅੱਖ ਮਾਰ ਇਹਨਾਂ ਨੂੰ ਬੱਚਾ ਖੂਬਸੂਰਤ ਪੈਦਾ ਹੋਵੇ ਤੇਰੀ ਮਾਂ ਨੇ ਡੱਡੂ ਵੇਖ ਲਿਆ ਸੀ ਖੈਰ ਹੋਵੇ ਬੱਚਿਆ ਲੈ ਵੀ ਕੀ ਗੱਲ ਕੀਤੀ ਆ
ਦਾਤ ਦੇ ਵਿੱਚ ਤੇਰੀ ਧੌਮ ਹੀ ਲਾਉਣੀ ਆ ਮੈਂ। ਮੈਨੂੰ ਕਿਦਾਂ ਪੈਸੇ ਦੇਣੇ? ਉਹ ਤੂੰ ਪੈਸੇ ਕੀ ਕਰਨੇ ਆ ਮਰੇ, ਤੂੰ ਤੇ ਰੁਪਈਏ ਵਾਲਾ ਠੀਪਾ ਪਾਵੇਂ ਤੇ ਥੱਲੇ ਡਿੱਗ ਪਈ ਨਾ। ਖੈਰ ਹੋਵੇ ਤੇਰੀ ਨਿਕਲ ਤੂੰ ਵੀ, ਅੱਲਾ ਖੈਰ ਹੀ ਕਰੇ ਮਰੇ। ਉਸ ਮਾਂ ਪਿਓ ਤਾਂ ਸਦਕੇ ਜਾਵਾਂ ਜਿਹਨੇ ਧੁੱਪ ਵੇਖੀ ਨਾ ਛਾਂ ਵੇਖੀ, ਬਸ ਤੇਰੀ ਮਾਂ ਵੇਖੀ। ਥੋੜੇ ਤਮਾਸ਼ਬੀਨ ਬੈਠੇ ਆ, ਵੇਖ ਤੇ ਸਹੀ। ਤੋਹਫੇ ਹਾਜੀ ਸਦੀਕ ਦੇ ਤੋਹਫੇ, ਉਹ ਸੂਫੀ ਦੇ ਸਾਹਮਣੇ ਕਰ ਪੁੱਤਰ। ਤੋਹਫੇ ਹਾਜੀ ਸਦੀਕ ਦੇ ਤੋਹਫੇ, ਮੈਨੂੰ ਸਾਰਾ ਹੀ ਪਤਾ। ਇੱਧਰ ਆ, ਉਹ ਐਨਕ ਵਾਲਾ ਵੀ ਬੈਠਾ ਹੈ। ਉਹ ਪੁੱਤਰ ਐਨਕਾਂ ਐਵੇਂ ਨੀ ਉਹ ਲੱਗਦੀਆਂ, ਇਹ ਹੱਥਾਂ ਦੀਆਂ ਕੀਤੀਆਂ ਅੱਖਾਂ ਅੱਗੇ ਆ ਗਈਆਂ। ਉਹ ਬਾਬਾ ਵੀ ਬੈਠਾ ਹੀ ਟੈਲੀਫੋਨ ਕਰਨਾ ਪੈਣਾ ਤਮਾਸ਼ਬੀਨਾਂ ਨੂੰ ਸਾਹਿਬ।